ਬਰਾਟ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਤੇ ਦੂਜੇ ਪਾਸੇ ਬੰਬੀਹਾ ਗਰੁੱਪ ਨੂੰ ਧਮਕੀ ਦਿੱਤੀ ਜਾਂਦੀ ਹੈ ਦੱਸਦੀ ਹੈ ਕਿ ਲਗਾਤਾਰ ਜੋ ਪੋਸਟਾਂ ਪਾਈਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਖਰਚਾ ਦਿਟਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੱਡੀ ਗੈਂਗਵਾਰ ਹੋ ਸਕਦੀ ਹੈ ਤਾਂ ਜੋ ਪੋਸਟ 골ਡੀ ਬਰਾੜ ਦੇ ਵੱਲੋਂ ਪਾਈ ਗਈ ਹੈ ਉਸ ਦੇ ਵਿੱਚ ਸਰਕਾਰ ਨੂੰ ਵੀ ਕਰੜੇ ਹੱਥੇ ਲੈਂਦੇ ਹੋਏ ਲੜਕਈ ਗਈ ਕਿ ਸਰਕਾਰਾ ਤੋਂ ਅਸੀਂ ਮਦਦ ਮੰਗੀ ਤੇ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਉਸ ਤੋਂ ਬਾਅਦ ਹੁਣ ਅਸੀਂ ਆਪਣੀ ਲੜਾਈ ਆਪ ਲੜਾਂਗੇ ਤੇ ਜਲਦ ਹੀ ਤੁਹਾਨੂੰ ਹੋਰ ਵੀ ਸਰਪ੍ਰਾਈਜ਼ ਜਿਹੜੇ ਨੇ ਉਹ ਮਿਲਦੇ ਰਹਿਣਗੇ ਤਾਂ 골ਡੀ ਬਰਾੜ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਇਆ ਤੇ ਪੋਸਟ ਦੇ ਵਿੱਚ ਕੀ ਲਿਖਿਆ ਉਹ ਵੀ ਤੁਹਾਨੂੰ ਦੱਸ ਦੰਨੇ ਆ ਦੱਸਦੀ ਹੈ ਕਿ ਇਹ ਜਵਾਬ ਜਿਹੜਾ ਬੰਬੀਹਾ ਗਰੁੱਪ ਨੂੰ ਦਿੰਦੇ ਹੋਏ ਲਿਖਿਆ ਗਿਆ ਮੈ 골ਡੀ ਬਰਾੜ ਉਹਨਾਂ ਵਾਸਤੇ ਪੋਸਟ ਪਵਾ ਰਹਿਆਂ ਜਿਹੜੇ ਬੇਗਾਨੀ ਸ਼ਹਿਰ ਤੇ ਆਪਣੀ ਮੁੱਛਾਂ ਮਣਵਾਉਂਦੇ ਨੇ ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਮਰਨਾ ਜਿਉਣਾ ਇਸ ਅਕਾਲ ਪੁਰਖ ਦੇ ਹੱਥ ਦੇ ਵਿੱਚ ਹੁੰਦਾ ਹੈ ਆਪਣੀ ਇੱਕ ਛੂਟ ਝੂਠੀ ਸ਼ੋਸ਼ੇਬਾਜ਼ੀ ਦੇ ਲਈ ਆਪਣੇ ਫੁਕਰਪੰਤੀ ਦੇ ਲਈ ਤੇ ਝੂਠੇ ਬੱਲੇ ਬੱਲੇ ਲਈ ਕਿਸੇ ਦਾ ਕਤਲ ਆਪਣੇ ਸਿਰ ਨਾ ਮੜੋ ਜਿਵੇਂ ਕਿ ਸੰਦੀਪ ਬਿਸ਼ਨੋਈ ਤੁਸੀਂ ਬਾਕੀ ਗੱਲਾਂ ਕਰਦੇ ਹੋ ਸਰਪ੍ਰਾਈਜ਼ ਦੇਣ ਦੇਾਂਗੇ ਤੇ ਅੱਜ ਤੱਕ ਤੁਹਾਨੂੰ ਸਰਪ੍ਰਾਈਜ਼ ਦਿੱਤਾ ਤੇ ਅੱਗੇ ਵੀ ਸਰਪ੍ਰਾਈਜ਼ ਮਿਲਦੇ ਰਹਿਣਗੇ ਦੂਜੇ ਪਾਸੇ ਸਰਕਾਰ ਬਾਰੇ ਗੱਲ ਕਰਦੇ ਹੋਏ ਸੰਦੀਪ ਬਿਸ਼ਨੋਈ ਦੇ ਵੱਲੋਂ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਜੇ ਪਹਿਲਾ ਟਾਈਮ 'ਚ ਸਰਕਾਰਾਂ ਨੇ ਸਾਡੀ ਸੁਣਵਾਈ ਕੀਤੀ ਹੁੰਦੀ ਤਾਂ ਅਸੀਂ ਹਥਿਆਰ ਨਾ ਚੁੱਕਦੇ ਜੇ ਅੱਜ ਅਸੀਂ ਹਥਿਆਰ ਚੁੱਕੇ ਨੇ ਤਾਂ ਅਸੀਂ ਆਪਣੇ ਬਦਲੇ ਵੀ ਆਪ ਲਵਾਂਗੇ ਦੱਸਦੀ ਹੈ ਕਿ ਅੱਜ ਸਵੇਰੇ ਹੀ ਜਿਹੜੀ ਐ ਬੰਬੀਹਾ ਗਰੁੱਪ ਦੇ ਵੱਲੋਂ ਵੀ ਇੱਕ ਪੋਸਟ ਪਾਈ ਗਈ ਸੀ ਜਿੱਥੇ ਗੋਲਡੀ ਬਰਾੜ ਨੂੰ ਵੀ ਧਮਕੀ ਦਿੱਤੀ ਗਈ ਸੀ ਤੇ ਹੁਣ ਜੋ ਗੋਲਡੀ ਬਰਾੜ ਦੇ ਵੱਲੋਂ ਪੋਸਟ ਪਾਈ ਗਈ ਹੈ ਤੇ ਦੂਜੇ ਪਾਸੇ ਬੰਬੀਹਾ ਗਰੁੱਪ ਵਰਸਸ ਗੋਲਡੀ ਬਰਾੜ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਵੱਡਾ ਖੱਛਾ ਵੀ ਜਤਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਗੈਂਗਵਾਰ ਹੋ ਸਕਦੀ ਹੈ ਤਾਂ ਬੰਬੀਹਾ ਗਰੁੱਪ ਦੇ ਵੱਲੋਂ ਜੋ ਅੱਜ ਸਵੇਰੇ ਪੋਸਟ ਪਾਈ ਗਈ ਸੀ ਤਾਂ ਉਹਦੇ ਵਿੱਚ ਸਾਫ਼ ਤੌਰ ਉੱਤੇ ਐਸੀ ਗੱਲ ਦੀ ਜਿਹੜੀ ਇਹ ਪੁਸ਼ਟੀ ਕਰਦੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੋਰ ਮਾਹੌਲ ਜਿਹੜਾ ਖਰਾਬ ਹੋ ਸਕਦਾ ਹੈ ਤੇ ਜੋ ਅੱਜ ਹੁਣ ਗੋਲਡੀ ਬਰਾੜ ਦੇ ਵੱਲੋਂ ਪੋਸਟ ਪਾਈ ਗਈ ਹੈ ਉਸ ਦੇ ਵਿੱਚ ਸਾਫ਼ ਹੈ ਕਿ ਕਿਸੇ ਹੋਰ ਦਾ ਕਤਲ ਪੰਜਾਬ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਇਸ ਪੋਸਟ ਦੇ ਵਿੱਚ ਗੋਲਡੀ ਬਰਾੜ ਦੇ ਵੱਲੋਂ ਲਿਖਿਆ ਗਿਆ ਹੈ ਕਿ ਤੁਹਾਨੂੰ ਅੱਗੇ ਵੀ ਸਰਪ੍ਰਾਈਜ਼ ਮਿਲਦੇ ਮਿਲਦੇ ਰਹਿਣਗੇ ਤੇ ਦੂਜੇ ਪਾਸੇ ਇਹ ਗੱਲ ਕਹੀ ਗਈ ਹੈ ਕਿ ਪਹਿਲਾਂ ਜੇ ਸਰਕਾਰ ਨੇ ਸਾਡੀ ਗੱਲ ਸੁਣੀ ਹੁੰਦੀ ਤਾਂ ਅਸੀਂ ਹਥਿਆਰ ਨਾ ਚੁੱਕਦੇ ਪਰ ਜਦ ਹੁਣ ਅਸੀਂ ਹਥਿਆਰ ਚੁੱਕ ਲੈਨੇ ਤਾਂ ਅਸੀਂ ਆਪਣਾ ਬਦਲਾ ਆਪ ਲਵਾਂਗੇ ਤਾਂ ਇੱਕ ਵੱਡੀ ਗੈਂਗਵਾਰ ਹੁੰਦੀ ਹੋਈ ਪੰਜਾਬ ਦੇ ਵਿੱਚ ਸ਼ੁਰੂ ਹੋ ਰਹੀ ਹੈ ਹਾਲਾਂਕਿ ਸ਼ਬਦੀ ਹਮਲੇ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਕੀਤੇ ਜਾ ਰਹੇ ਨੇ ਪਰ ਜਿਸ ਤਰੀਕੇ ਨਾਲ ਸੰਦੀਪ ਬਿਸ਼ਨੋਈ ਦਾ ਹਰਿਆਣਾ ਦੇ ਵਿੱਚ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਇਹ ਗਤੀਵਿਧੀਆਂ ਹੋਰ ਵੀ ਤੇਜ਼ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲकांड ਹੁੰਦਾ ਉਸ ਦੇ ਪਿੱਛੇ ਗੋਲਡ ਬਰਾਰ ਦਾ ਹੱਥ ਦੱਸਿਆ ਜਾਂਦਾ ਤੇ ਜਦ ਹੁਣ ਸੰਦੀਪ ਬਿਸ਼ਨੂਈ ਦਾ ਕਤਲ ਹੁੰਦਾ ਤੇ ਇੱਕ ਵਾਰ ਫਿਰ ਤੋਂ ਵੱਡੇ ਤਾਰ ਜਿਹੜੇ ਨੇ ਇਹਨਾਂ ਗੈਂਗਸਟਰਾਂ ਦੇ ਨਾਲ ਜੁੜਦੇ ਹੋਏ ਨਜ਼ਰ ਆਉਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਗੈਂਗਸਟਰਜ਼ ਦੇ ਵੱਲੋਂ ਪੋਸਟ ਪਾਈ ਜਾਂਦੀ ਹੈ ਤੇ ਸ਼ਰਿਆਮ ਇੱਕ ਦੂਜੇ ਨੂੰ ਧਮਕੀਆਂ ਜਿਹੜੀਆਂ ਨੇ ਤੇਜ਼ੀ ਦੇ ਨਾਲ ਦਿੱਤੀਆਂ ਜਾਂਦੀਆਂ ਨੇ ਤੋਂ ਬਾਅਦ ਇੱਕ ਪੋਸਟ ਜਿਹੜੀ ਹੈ ਪਾਈ ਜਾਂਦੀ ਹੈ ਸ਼ਬਦੀ ਹਮਲੇ ਜਿਹੜੇ ਨੇ ਪੋਸਟ ਦੇ ਰਾਏ ਕੀਤੇ ਜਾਂਦੇ ਨੇ ਤੇ ਕਿਹਾ ਜਾਂਦਾ ਹੈ ਕਿ ਜਲਦ ਹੀ ਸਰਪ੍ਰਾਈਜ਼ ਜਿਹੜਾ ਉਹ ਦਿੱਤਾ ਜਾਵੇਗਾ ਤੇ ਇਹ ਪੋਸਟ 골ਡੀ ਬਰਾਡ ਦੇ ਵੱਲੋਂ ਪਾਈ ਗਈ ਤੇ ਦੂਜੇ ਪਾਸੇ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਵੀ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਪੋਸਟ ਪਾਈਆਂ ਜਾ ਰਹੀਆਂ ਨੇ ਤੇ ਉਹਨਾਂ ਪੋਸਟਾਂ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਉਹ ਵੀ ਆਪਣਾ ਬਦਲਾ ਲੈਣਾ ਚਾਹੁੰਦੇ ਨੇ ਤੇ ਆਉਣ ਵਾਲੇ ਵਕਤ ਦੇ ਵਿੱਚ ਜ਼ਰੂਰ ਇਸ ਦਾ ਜਵਾਬ ਜਿਹੜਾ ਹਥਿਆਰਾਂ ਦੇ ਨਾਲ ਦੇਣਗੇ ਯਾਨੀ ਕਿ ਇੱਕ ਵੱਡੀ ਗੈਂਗਵਰ ਹੋਣ ਦਾ ਇਹ ਵੱਡਾ ਖਤਰਾ ਜਿਹੜਾ ਹੈ ਜ਼ਰੂਰ ਹੈ ਹਾਲਾਂਕਿ ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਤੋਂ ਵੀ ਪੁਛਕਿਛ ਹੁੰਦੀ ਹੈ ਤੇ ਦੂਜੇ ਪਾਸੇ ਇਹਨਾਂ ਪੋਸਟ ਦਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਫਲੈਸ਼ ਹੋਣਾ ਕਿਥੇ ਨਾ ਕਿਥੇ ਪੰਜਾਬ ਦੇ ਵਿੱਚ ਮਾਹੌਲ ਹੋਰ ਤਣਾਅਪੂਰਨ ਹੋਣ ਦੀ ਹੋਣ ਦੇ ਵੱਲ ਜਿਹੜਾ ਵੱਧਦਾ ਹੋਇਆ ਨਜ਼ਰਾਂ ਦੇਤੇ ਗੋਲਡੀ ਬਰਾੜ ਦੀ ਪੋਸਟ ਹੈ ਜਿਸ ਦੇ ਵਿੱਚ ਉਸਨੇ ਸਰਕਾਰ ਬਾਰੇ ਵੀ ਲਿਖਿਆ ਤੇ ਇਹ ਵੀ ਕਿਹਾ ਜੇ ਪਹਿਲਾਂ ਸਰਕਾਰ ਨੇ ਸਾਡੀ ਗੱਲ ਸੁਣੀ ਹੁੰਦੀ ਤਾਂ ਸ਼ਾਇਦ ਅਸੀਂ ਹਥਿਆਰ ਨਾ ਚੁੱਕਦੇ